ਸੜੀ ਗਿਆ, ਤੇ ਜੇ ਤੂੰ ਦੁਬਾਰੇ ਫੋਨ ਲਾ ਲਿਆ ਨਾ ਅੱਜ ਤੋਂ ਬਾਅਦ ਤੈਨੂੰ ਮੇਰਾ ਫੋਨ ਨੀ ਆਊ, ਸਿਰ ਚ ਗੋਲੀ ਮਾਰੂੰਗਾ, ਇਹ ਮੇਰਾ ਤੇਰੇ ਨਾਲ ਵਾਅਦਾ ਹੈ। ਸੁਣ ਗਈ ਗੱਲ, ਫੋਨ ਲਾਉਣਾ ਹੋਇਆ ਜਦੋਂ ਮਰਜ਼ੀ ਲਾ ਲਈ, ਮੈਂ ਤੈਨੂੰ ਦੁਬਾਰੇ ਫੋਨ ਨੀ ਕਰਨਾ, ਮੇਰਾ ਤੈਨੂੰ ਅਖੀਰਲਾ ਫੋਨ ਹੈ, ਇਹ ਗੱਲ ਮੇਰੀ ਦਿਮਾਗ ਚ ਪਾ ਲਾ, ਠੀਕ ਹੈ? ਤੇ ਜੇ ਨਹੀਂ ਦਿਮਾਗ ਚ ਪਾਈ ਤਾਂ ਮੈਨੂੰ ਹੁਣੇ ਦੱਸ ਦੇ, ਫਿਰ ਮੇਰੇ ਦਿਨ ਨਾ ਖਰਾਬ ਕਰਾ, ਮੈਂ ਜੋ ਕਰਨਾ ਮੈਂ ਹੁਣੇ ਕਰਾਂ। ਮੈਂ ਵੀਰ ਜੀ, ਮੈਂ ਤੁਹਾਡੇ ਨਾਲ ਕਰਕੇ, ਮੈਂ ਦੱਸੋ ਮੈਂ ਕਹਿਣ ਨੂੰ ਜਾਣਾ, ਪਰ ਇਹ ਤੈਨੂੰ ਮੈਂ ਦੱਸਦਾ, ਫੋਨ ਨਾ ਜਾਵੜੇ ਦੁਬਾਰੇ। ਸੁਣ ਗਈ ਗੱਲ, ਰੁਪਈਆ ਨੀ ਮਿਲਣਾ ਜਿਹਦੇ ਕੋਲੇ ਮਰਜ਼ੀ ਜਾਵੜਾ, ਜਿਹਨੂੰ ਮਰਜ਼ੀ ਖਸਮ ਬਣਾ ਲੈ ਜਾ ਕੇ, ਰੁਪਈਆ ਨੀ ਮਿਲਣਾ ਭਾਵੇਂ ਕੈਪਟਨ ਅਮਰਿੰਦਰ ਸਿੰਘ ਕੋਲੇ ਜਾਵੜਾ, ਇੱਕ ਰੁਪਈਆ ਨੀ ਮਿਲਣਾ ਤੈਨੂੰ। ਸੁਣ ਗਈ ਗੱਲ, ਪੱਲਿਓਂ ਦੇ ਕੇ ਖੇੜਾ ਛਡਾਏਗਾ ਗੱਲ ਮੇਰੀ ਜੀ। ਇਹ ਕਾਫੀ ਸਾਲ, ਡੇਢ ਸਾਲ ਤੋਂ ਦੋ ਸਾਲ ਤੋਂ ਇਸ ਬੰਦੇ ਕੋਲੋਂ, ਕਰਤਾਰ ਸਿੰਘ ਚੀਮੇ ਕੋਲੋਂ ਮੈਂ 25 ਲੱਖ ਰੁਪਇਆ ਲੈਣਾ ਸੀਗਾ, ਜਿਹਦੇ ਸੰਬੰਧ ਦੇ ਵਿੱਚ ਅਨੇਕਾਂ ਵਾਰੀ ਕੁਛ ਮੋਹਦਵਾਰ ਬੰਦਿਆਂ ਦੇ ਵਿੱਚ ਬੈਠ ਕੇ ਮੀਟਿੰਗ ਹੋਈ, ਇਹਨੇ ਮੰਨਿਆ ਵੀ ਅੱਜ ਦਿਨਾ ਕੱਲ੍ਹ ਦਿਨਾ, ਕਦਾਂ ਫਿਲਮ ਦੇ ਸੰਬੰਧਿਤ ਪੈਸੇ ਮੈਨੂੰ ਦਿੱਤੇ ਸੀਗੇ ਉਧਾਰੇ। ਉਸ ਚੀਜ਼ ਨੂੰ ਲੈ ਕੇ ਇਹ ਜਦੋਂ ਵਾਰ ਵਾਰ ਮੈਂ ਪੈਸੇ ਮੰਗਦਾ ਸੀ, ਜਦੋਂ ਪੈਸੇ ਮੰਗਦਾ ਸੀ ਕਿਸੇ ਨਾ ਕਿਸੇ ਸ਼ਰਾਰਤੀ ਅੰਸਰ ਦਾ ਮੈਨੂੰ ਫੋਨ ਕਰਾ ਦਿੰਦਾ ਸੀ। ਲਾਸਟ ਜਦੋਂ ਕਾਫੀ ਇਹ ਕੋ ਪੈਸੇ ਮੰਗਣ ਦੀ ਮੈਨੂੰ ਲੋੜ ਸੀਗੀ, ਮੈਂ ਮੰਗਣ ਦੀ ਕੋਸ਼ਿਸ਼ ਕੀਤੀ, ਅਤੇ ਇਸ ਨੇ ਮੈਨੂੰ ਇੱਕ ਐਸੇ ਸ਼ਖਸ ਦਾ ਫੋਨ ਕਰਾਇਆ ਜਿਸ ਸ਼ਖਸ ਨੇ ਮੈਨੂੰ ਇਹ ਤੱਕ ਕਹਿ ਦਿੱਤਾ ਕਿ ਤੂੰ ਆਪਣਾ ਕੱਲ੍ਹ ਦਾ ਦਿਨ ਨਹੀਂ ਦੇਖੇਗਾ ਅਤੇ ਤੇਰੇ ਗੋਲੀਆਂ ਮਾਰ ਕੇ ਤੈਨੂੰ ਮਾਰ ਦਿੱਤਾ ਜਾਏਗਾ। ਗੱਲ ਪੈਸਿਆਂ ਦੀ ਨਹੀਂ ਹੈ ਕਿ ਸਾਡੀ ਸੁਰੱਖਿਆ ਇਸ ਚੀਜ਼ਾਂ ਦੇ ਨਾਲ ਸੁਰੱਖਿਅਤ ਅਸੀਂ ਹੈ, ਇਹ ਲੋਕ ਉਹਨਾਂ ਲੋਕਾਂ ਨੂੰ ਪੈਸੇ ਦੇ ਕੇ ਆਪਣੇ ਆਪ ਨੂੰ ਪੈਸਿਆਂ ਤੋਂ ਦੇਣ ਤੋਂ ਬਚਾ ਸਕਦੇ ਨੇ, ਪਰ ਉਹਨਾਂ ਲੋਕਾਂ ਨੂੰ ਕੋਈ, ਕੌਣ ਹੈ ਬੰਦਾ ਜਿਹਨੇ ਤੁਹਾਨੂੰ ਧਮਕੀ ਦਿੱਤੀ ਹੈ? ਮੈਨੂੰ ਗੋਲਡੀ ਬਰਾੜ ਦਾ ਫੋਨ ਆਉਂਦਾ ਜੀ, ਕਿੱਥੋਂ? ਇਹ ਮੈਨੂੰ ਨਹੀਂ ਪਤਾ ਕਿੱਥੋਂ ਕਰਦਾ, ਬਾਹਰਲੇ ਨੰਬਰਾਂ ਤੋਂ ਫੋਨ ਆਉਂਦੇ ਨੇ। ਇਹ ਜਿਹੜਾ ਬੰਦਾ ਹੈ, ਇਹ ਅੱਜ ਜਦੋਂ ਲਾਰੈਂਸ ਰੋਡ ਦੇ ਉੱਤੋਂ ਜਾ ਰਿਹਾ ਸੀ, ਮੇਰੀ ਗੱਡੀ ਲਾਗੇ ਆਇਆ, ਅਤੇ ਇਹਨੇ ਮੈਨੂੰ ਜਦੋਂ ਇਸ਼ਾਰਾ ਕੀਤਾ, ਮੈਂ ਖਿਲਾਰ ਕੇ ਪੁੱਛਿਆ ਵੀ ਦੱਸ ਭਾਈ ਕਿਉਂ ਇਸ਼ਾਰਾ ਕਰ ਰਿਹਾ? ਇਹਨੇ ਜਦੋਂ ਪੁੱਛਿਆ ਤਾਂ ਮੈਨੂੰ ਕਹਿੰਦਾ ਵੀ ਨਾ, ਮੈਂ ਤੈਨੂੰ ਰੁਪਈਆ ਦੇਣਾ, ਅਤੇ ਜੇ ਤੂੰ ਮੇਰੇ ਕੋਲ ਦੁਬਾਰਾ ਤੋਂ ਮੰਗਿਆ ਤਾਂ ਦੁਬਾਰਾ ਤੈਨੂੰ ਐਸਾ ਹਾਲ ਕਰਾਵਾਂਗੇ, ਤੂੰ ਯਾਦ ਰੱਖੇਗਾ। ਉਹ ਕੁਛ ਤੁਹਾਡੇ ਪ੍ਰੈਸ ਵਾਲੇ ਸਾਥੀਆਂ ਦੇ ਵਿੱਚ ਰਿਕਾਰਡ ਵੀ ਹੈ ਜੋ ਇਹਨਾਂ ਨੇ ਉੱਥੇ ਮੌਕੇ 'ਤੇ ਸਾਨੂੰ ਧਮਕੀਆਂ ਲਾਈਆਂ। ਉਸ ਤੋਂ ਬਾਅਦ ਪੁਲਿਸ ਮੌਕੇ 'ਤੇ ਆ ਗਈ, ਉਹਨਾਂ ਨੇ ਇਹਨੂੰ ਫੜ ਕੇ ਇੱਥੇ ਥਾਣੇ ਲੈ ਆਏ ਨੇ। ਹੁਣ ਦੇਖੋ ਅੱਗੇ ਪੁਲਿਸ ਕੀ ਕਾਰਵਾਈ ਕਰਦੀ ਹੈ, ਪਰ ਮੇਰੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਕਿ ਐਸੇ ਬੰਦੇ ਨੂੰ ਕੱਚਾ ਨਾ ਛੱਡਿਆ ਜਾਵੇ, ਕੱਲ੍ਹ ਨੂੰ ਇਹ ਬਾਹਰ ਜਾ ਕੇ ਕੋਈ ਵੀ ਨੁਕਸਾਨ ਕਰਾਉਂਦਾ ਹੈ ਤਾਂ ਇਹੀ ਜ਼ਿੰਮੇਵਾਰ ਹੋਵੇ। ਤੁਹਾਨੂੰ ਗੋਲਡੀ ਬਰਾੜ ਦਾ ਕੀ ਫੋਨ ਆਉਂਦਾ ਰਿਹਾ? ਮੈਂ ਤੁਹਾਨੂੰ ਵੀਡੀਓ ਰਿਕਾਰਡਿੰਗ ਭੇਜ ਦਿੱਤੀ ਹੈ ਸਾਰੇ ਪ੍ਰੈਸ ਦੇ ਸਾਥੀਆਂ ਨੂੰ ਵੀ ਜੋ ਮੈਨੂੰ ਫੋਨ ਕਰਦਾ ਰਿਹਾ, ਰਿਕਾਰਡ ਮੈਂ ਕੀਤਾ ਹੈ। ਕੁਛ ਰਿਕਾਰਡਿੰਗਾਂ ਮੈਂ ਨਹੀਂ ਭੇਜੀਆਂ, ਉਸ ਦੇ ਵਿੱਚ ਬਹੁਤ ਜ਼ਿਆਦਾ ਭੱਦੀ ਭਾਸ਼ਾ ਯੂਜ਼ ਕਰ ਰਿਹਾ ਹੋ, ਅਤੇ ਪਰ ਕੁਛ ਜਿਹੜੀਆਂ ਚੀਜ਼ਾਂ ਨੇ ਮੈਂ ਤੁਹਾਨੂੰ ਭੇਜਤੀ ਹੈ, ਉਹ ਤੁਸੀਂ ਜ਼ਰੂਰ ਸੁਣਿਓ। ਤੁਸੀਂ ਗੋਲਡੀ ਬਰਾੜ ਦਾ ਨਾਮ ਸੁਣਿਆ ਪਹਿਲਾਂ? ਕੌਣ ਹੈ ਗੋਲਡੀ? ਗੋਲਡੀ ਬਰਾੜ ਉਹੀ ਸ਼ਖਸ ਹੈ ਜਿਹਦਾ ਅਕਸਰ ਤੁਸੀਂ ਨਿਊਜ਼ ਚੈਨਲਾਂ ਦੇ ਉੱਤੇ ਨਾਮ ਸੁਣਦੇ ਹੋ। ਅਤੇ ਸਿੱਧੂ ਮੂਸੇਵਾਲਾ ਦੇ ਵੀ ਇਸ ਚੀਜ਼ ਦਾ ਨਾਮ ਆਇਆ, ਉਹਨਾਂ ਨੇ ਪਾਇਆ ਹੈ ਉਹਦੇ ਉੱਤੇ ਫੇਸਬੁੱਕ ਦੇ ਉੱਤੇ, ਉਹ ਤੁਸੀਂ ਦੇਖ ਸਕਦੇ ਹੋ। ਠੀਕ, ਅਤੇ ਤੁਸੀਂ ਕੀ ਡਿਮਾਂਡ ਕਰਦੇ ਹੋ ਪੁਲਿਸ ਤੋਂ? ਮੇਰੀ ਡਿਮਾਂਡ ਸਿਰਫ ਇੰਨੀ ਹੈ ਕਿ ਮੇਰਾ ਨਾ ਉਹਨਾਂ ਨਾਲ ਕੋਈ ਲੈਣਾ ਦੇਣਾ ਹੈ, ਨਾ ਇਹਦੇ ਨਾਲ ਕੋਈ ਲੈਣਾ ਦੇਣਾ ਹੈ, ਸਿਰਫ ਮੇਰਾ ਜੋ ਇਹ ਕੋਈ ਨੁਕਸਾਨ ਨਾ ਕਰਾਵੇ ਇਸ ਬੰਦੇ ਤੋਂ ਕੋਲੋਂ, ਇਹ ਇੰਨੀ ਪੈਰਵਾਈ ਕੀਤੀ ਜਾਵੇ ਵੀ ਇਹਦਾ ਉਹਨਾਂ ਨਾਲ ਕੀ ਸੰਬੰਧ ਹੈ। ਮੈਂ ਪਿਛਲੇ 2 ਘੰਟਿਆਂ ਤੋਂ ਪੁਲਿਸ ਨੂੰ ਕਹਿ ਰਿਹਾ ਵੀ ਇਹਦਾ ਫੋਨ ਫੜ ਕੇ ਆਪਣੇ ਕੋਲ ਰੱਖ ਲਿੱਤਾ ਜਾਵੇ, ਜ਼ਬਤ ਕਰ ਲਿੱਤਾ ਜਾਵੇ, ਤਾਂ ਕਿ ਇਹ ਕਿਸੇ ਹੋਰ ਬੰਦੇ ਦੇ ਸੰਪਰਕ 'ਚ ਆ ਕੇ ਕੋਈ ਮੇਰਾ ਨੁਕਸਾਨ ਨਾ ਕਰਾਵੇ, ਜਾਂ ਆਪਣੇ ਫੋਨ 'ਚੋਂ ਉਸੀਆਂ ਡਿਟੇਲ 'ਤੇ ਡਿਲੀਟ ਨਾ ਕਰ ਦੇ। ਤੁਹਾਨੂੰ ਫੋਨ ਇਹਦਾ ਮੌਕੇ 'ਤੇ ਪੁਲਿਸ ਫੜ ਕੇ ਜੇ ਕਾਰਵਾਈ ਕਰ ਲੈਂਦੀ ਤਾਂ ਸਾਰਾ ਸੱਚਾਈ ਫੋਨ ਪੁਲਿਸ ਦੀ ਇਹਦੇ ਬਾਹਰ ਨਿਕਲਦੀ। ਫੋਨ ਉਹਦੇ ਦੋਨੋਂ ਦੇ ਕੋਲ ਨੇ, ਅਤੇ ਮੌਕੇ 'ਤੇ ਜੋ ਮੌਕੇ 'ਤੇ ਜੋ ਉਹਦੇ ਕੋਲ ਵੈਪਨ ਸੀ ਉਹ ਵੀ ਪੁਲਿਸ ਨੂੰ ਫੜਾ ਦਿੱਤਾ ਗਿਆ। ਨਹੀਂ ਰਹਿੰਦੇ ਮੇਰਾ ਫੋਨ ਪੜ ਕੇ ਲਿਆਈ ਆ ਗੱਡੀ ਚੋਂ ਛੇਤੀ ਆਓ ਤੁਸੀਂ ਆਉਣ ਨਹੀਂ ਡੇ
ਇਹਨੂੰ ਖਾਰੇ ਖੜੋ ਗੋਲਡੀ ਬਾਰ ਦਾ ਫੋਨ ਕਰਾਉਂਦਾ ਮੈਨੂੰ ਵੀਡੀਓ ਬਣੀ ਸਾਰੀਆਂ ਗੱਡੀ ਸਾਈਡ ਤੇ ਲਾ ਦੇ ਅੱਜ ਰੋਣ ਲੱਗਾ ਅਕਸ਼ੇ ਸ਼ਰਮਾ ਤੈਨੂੰ ਚੜਾਉਂਦਾ ਨੋਵਲਟੀ ਚੌਂਕ ਚ ਮੈਂ ਅੰਮ੍ਰਿਤਸਰ ਸ਼ੂਟਿੰਗ ਕਰਨ ਆਇਆ ਵਾਂ ਅੰਮ੍ਰਿਤਸਰ ਸ਼ੂਟਿੰਗ ਕਰਨ ਆਇਆ ਇਹਨਾਂ ਨੇ ਨੋਵਲਟੀ ਚੌਂਕ ਚ ਧੱਕਾ ਮੁੱਕੀ ਕੀਤੀ ਆ ਪਿਸਤੌਲਾਂ ਦਿਖਾਈਆਂ ਗੱਡੀਆਂ ਸ਼ਰੇਆਮ ਕਰਕੇ ਟ੍ਰੈਫਿਕ ਵੀ ਜਾਮ ਕੀਤਾ ਸ਼ਰੇਆਮ ਗੁੰਡਾਗਰਦੀ ਦਿਖਾਈ ਆ ਕਿ ਸਾਡਾ ਸ਼ਹਿਰ ਹੈਗਾ ਅਸੀਂ ਕੁਛ ਕਰ ਸਕਦੇ ਹਾਂ ਤੇ ਸਰਕਾਰ ਨੇ ਕਾਂਗਰਸ ਦੇ ਬੰਦੇ ਆ ਐਨ ਐਸ ਸੀ ਦਾ ਪ੍ਰਧਾਨ ਨੇ ਕੁਛ ਵੀ ਕਰ ਸਕਦੇ ਸਰ ਉਹ ਪੁਲਿਸ ਤੋਂ ਵੈਰੀਫਾਈ ਕਰਾਓ ਜੀ ਜੇ ਲਿੰਕ ਨਿਕਲਣਗੇ ਮੈਂ ਭੁਗਤਣ ਨੂੰ ਤਿਆਰ ਹਾਂ ਜੀ ਮੈਂ ਜੀ ਧਮਕੀਆਂ ਦਿੱਤੀਆਂ ਜਾ ਰਹੀਆਂ ਤੁਹਾਡੇ ਦਾ ਪਿਸਤੌਲ ਤਾਨੇ ਜੀ ਹਾਂਜੀ ਇਹਨਾਂ ਨੇ ਤਾਨੇ ਜੀ ਬਿਲਕੁਲ ਮੈਂ ਹੁਣ ਤਾਂ ਦਾਗ ਮਿਟ ਗਿਆ ਪਿੱਛੇ ਪੂਰੀ ਚੁੰਝ ਲਾ ਕੇ ਰੱਖੀ ਇਹਨਾਂ ਨੇ ਮੇਰੇ ਤੇ ਹੁਣ ਜੀ ਰਾਜਨਾਮਾ ਹੋਇਆ ਜੀ ਨਹੀਂ ਅਜੇ ਡੀ ਡੀ ਆਰ ਹੋਈ ਆ ਜੀ ਕਰੀਬ 10:30-11 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਕਰਤਾਰ ਚੀਮਾ ਜੋ ਪੰਜਾਬੀ ਇੰਡਸਟਰੀ ਦੇ ਆਰਟਿਸਟ ਨੇ ਔਰ ਅਕਸ਼ੇ ਸ਼ਰਮਾ ਜੋ ਐੱਨ ਐੱਸ ਯੂ ਆਈ ਪੰਜਾਬ ਦੇ ਸਟੇਟ ਪ੍ਰੈਜ਼ੀਡੈਂਟ ਨੇ ਦੋਵਾਂ ਧਿਰਾਂ ਦਾ ਕੋਈ ਆਪਸੀ ਪੁਰਾਣਾ ਡਿਸਪਿਊਟ ਚੱਲ ਰਿਹਾ ਸੀ ਔਰ ਅੱਜ ਨੋਵਲਟੀ ਚੌਂਕ ਲਾਈਟਾਂ 'ਤੇ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੋਵਾਂ ਨੇ ਇੱਕ ਦੂਜੇ ਦੀਆਂ ਗੱਡੀਆਂ ਰੋਕੀਆਂ ਔਰ ਆਪਸੀ ਤੂਤੂ ਮੈਂ ਹੋਈ ਹੈ ਔਰ ਮੌਕੇ 'ਤੇ ਸਾਡਾ ਜੋ ਨਾਕਾ ਲੱਗਾ ਸੀ ਪੁਲਿਸ ਪਾਰਟੀ ਇਹਨਾਂ ਨੂੰ ਓਵਰਪਾਵਰ ਕਰਕੇ ਇੱਥੇ ਥਾਣੇ ਲੈ ਕੇ ਆਏ ਹਾਂ ਔਰ ਦੋਵਾਂ ਧਿਰਾਂ ਦੀਆਂ ਕੰਪਲੇਂਟਸ ਲਈਆਂ ਗਈਆਂ ਆ ਬਾਕੀ ਜੋ ਵੀ ਇਹਨਾਂ ਨੇ ਇੱਕ ਦੂਜੇ 'ਤੇ ਐਲੀਗੇਸ਼ਨ ਲਾਈ ਆ ਉਹਨੂੰ ਅਸੀਂ ਵੈਰੀਫਾਈ ਕਰਕੇ ਜੋ ਮੈਰਿਟ 'ਤੇ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਕਰਾਂਗੇ ਸ਼ਿਕਾਇਤ ਕਿਹਦੇ ਵੱਲੋਂ ਹੋਈ ਹੈ ਜੀ ਦੋਵਾਂ ਧਿਰਾਂ ਵੱਲੋਂ ਕੰਪਲੇਂਟਸ ਨੇ ਕਿੰਨੇ ਕੁ ਪੈਸਿਆਂ ਦਾ ਲੈਣ ਦੇਣਾ ਕੋਈ ਇਹਨਾਂ ਦਾ ਆਪਸੀ ਪੁਰਾਣਾ ਹੀ ਫਾਈਨੈਂਸ਼ੀਅਲ ਡਿਸਪਿਊਟ ਚੱਲ ਰਿਹਾ ਆ ਉਹਦੇ ਬਾਰੇ ਅਜੇ ਪ੍ਰੀਲਿਮਨਰੀ ਇਹਨਾਂ ਦੀ ਪੁੱਛਗਿੱਛ ਤੋਂ ਇੰਨਾ ਹੀ ਪਤਾ ਲੱਗਾ ਹੈ ਕਿ ਕੋਈ ਇਹਨਾਂ ਨੇ ਇਨਵੈਸਟਮੈਂਟ ਕੀਤੀਆਂ ਸਨ ਔਰ ਕਿਸੇ ਗੱਲ ਤੋਂ ਜੋ ਕਮਿਟਮੈਂਟ ਕੀਤੀ ਸੀ ਉਹ ਪੂਰੀ ਨਹੀਂ ਹੋਈ ਔਰ ਉਹਦੇ ਕਰਕੇ ਕਾਫੀ ਸਮੇਂ ਤੋਂ ਇਹਨਾਂ ਦੀ ਆਪਸੀ ਰੰਜਿਸ਼ ਚੱਲ ਰਹੀ ਸੀ ਔਰ ਅੱਜ 7 ਹੀ ਨੋਵਲਟੀ ਜੋ ਚੌਂਕ ਆ ਉੱਥੇ ਇਹਨਾਂ ਨੇ ਇੱਕ ਦੂਜੇ ਦੀਆਂ ਗੱਡੀਆਂ ਰੋਕ ਕੇ ਅਤੇ ਤੂਤੂ ਮੈਮ ਇਹਨਾਂ ਨੇ ਕੀਤੀ ਆ ਔਰ ਉਹਦੇ ਸੰਬੰਧ 'ਚ ਅਸੀਂ ਇਹਨਾਂ ਨੂੰ ਰਾਊਂਡ ਅਪ ਕਰਕੇ ਪੁਲਿਸ ਸਟੇਸ਼ਨ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਔਰ ਜੋ ਵੀ ਕੰਪਲੇਂਟਸ ਲਈਆਂ ਨੇ ਬਣਦੀ ਕਾਰਵਾਈ ਕਰਾਂਗੇ ਚੀਮਾ 'ਚ ਇਸ ਸਿਲਸਿਲੇ ਦੇ ਵਿੱਚ ਅੰਮ੍ਰਿਤਸਰ ਲਈ ਆ ਉਹਨਾਂ ਦੇ ਇਨੀਸ਼ਲੀ ਪਤਾ ਲੱਗਾ ਹੈ ਕਿ ਕੋਈ ਪੰਜਾਬੀ ਫਿਲਮ ਦੀ ਸ਼ੂਟਿੰਗ ਵਗੈਰਾ ਚੱਲ ਰਹੀ ਆ ਉਹਦੇ ਸੰਬੰਧ ਵਿੱਚ ਹੀ ਅੰਮ੍ਰਿਤਸਰ ਆਏ ਨੇ ਫਿਰ ਵੀਡੀਓ ਵੀ ਸਾਹਮਣੇ ਆਈ ਹੈ ਇਹ ਚੈੱਕ ਕਰਾਂਗੇ ਸੌਰਲੀ ਸੀ ਸੀ ਟੀ ਵੀ ਕੈਮਰੇ ਦੇ ਰਾਹੀਂ ਅਸੀਂ ਕਿ ਕਿਸੇ ਕਿਸਮ ਉਹ ਕਿਸੇ ਦਾ ਉੱਥੇ ਇਨਵੋਲਵਮੈਂਟ ਕੀ ਹੈ ਕਿਸ ਦਾ ਕਸੂਰ ਹੈ ਜੋ ਵੀ ਹੈਗਾ ਉਹ ਥੋਰਲੀ ਅਸੀਂ ਵੈਰੀਫਾਈ ਕਰਾਂਗੇ ਧਮਕੀਆਂ ਦਿੱਤੀਆਂ ਜਾ ਰਹੀਆਂ ਦੱਸੇ ਜਾ ਰਹੇ ਧਮਕੀਆਂ ਉਹ ਇਹਨਾਂ ਦਾ ਕਾਫੀ ਕਿਉਂਕਿ ਪੁਰਾਣਾ ਸਾਲ 1.5 ਤੋਂ ਇਹ ਸਾਰਾ ਜੋ ਚੱਲਦਾ ਆ ਰਿਹਾ ਆ ਔਰ ਜੋ ਪੁਲਿਸ ਸਟੇਸ਼ਨ ਸਿਵਲ ਲਾਈਨ ਦੀ ਜੁਰਿਸਡਿਕਸ਼ਨ ਦੇ ਵਿੱਚ ਅੱਜ ਜੋ ਸਾਰਾ ਮੈਟਰ ਹੋਇਆ ਆ ਉਹਦੇ ਸੰਬੰਧ ਵਿੱਚ ਅਸੀਂ ਉਹਨੂੰ ਥੋਰਲੀ ਵੈਰੀਫਾਈ ਕਰਾਂਗੇ ਜੋ ਵੀ ਥ੍ਰੈਟ ਕਾਲਸ ਨੇ ਜਾਂ ਬਾਕੀ ਹੋਰ ਕੋਈ ਇਸ਼ੂ ਨੇ ਉਹ ਵੀ ਅਸੀਂ ਡੂੰਘਾਈ ਵਿੱਚ ਜਾ ਕੇ ਟੈਕਨੀਕਲ ਹੈਲਪ ਲੈ ਕੇ ਸੀਨੀਅਰ ਆਫਿਸਰਸ ਦੇ ਅਸੀਂ ਸਾਰਾ ਉਹਨਾਂ ਨੂੰ ਬਰੀਫ ਕਰ ਦਿੱਤਾ ਹੈ ਜੋ ਅੱਜ ਦਾ ਘਟਨਾਕ੍ਰਮ ਹੈ ਔਰ ਸਾਰਾ ਅਸੀਂ ਸ਼ਾਰਟਲੀ ਨੂੰ ਕੰਕਲੂਡ ਕਰ ਲਾਂਗੇ ਫਿਲਹਾਲ ਦੋਨੋਂ ਪਾਰਟੀਆਂ ਅਸੀਂ ਇਹਨਾਂ ਦੀਆਂ ਕੰਪਲੇਂਟਸ ਲੈ ਲਈਆਂ ਨੇ ਜੋ ਮੈਰਿਟ 'ਤੇ ਬਣਦਾ ਐਕਸ਼ਨ ਹੋਏਗਾ ਉਹ ਅਸੀਂ ਕਰਾਂਗੇ